ਸਤਿ ਸ਼੍ਰੀ ਅਕਾਲ ਦੋਸਤੋ, ਵੈਲਕਮ ਟੂ ਡੋਰ ਸਟੈਪ ਐਜੂਕੇਸ਼ਨ ਪੁਆਇੰਟ। ਸਕਰੀਨ 'ਤੇ ਦਿਖ ਰਿਹਾ ਮੈਸੇਜ ਕੱਲ ਰਾਤ ਮੈਂ ਟੈਲੀਗ੍ਰਾਮ ਚੈਨਲ 'ਤੇ ਵੀ ਸੈਂਡ ਕੀਤਾ ਸੀਗਾ, ਬਟ ਕਾਫੀ ਸਾਰੇ ਸਾਥੀਆਂ ਨੂੰ ਡਾਊਟ ਹੋ ਗਿਆ ਕਿ ਇਹਦੇ ਵਿੱਚ ਲਿਖਿਆ ਕੀ ਹੋਇਆ। ਜਿਵੇਂ ਕਿ ਤੁਸੀਂ ਵੇਖ ਸਕਦੇ ਹੋ ਨਿਊਜ਼18 ਦੀ ਰਿਪੋਰਟ ਦੇ ਅਕੋਰਡਿੰਗ ਕਿ ਸਰਕਾਰੀ ਸਕੂਲਾਂ ਦੇ ਵਿੱਚ ਅਧਿਆਪਕ ਦੇ ਅਹੁਦੇ ਲਈ ਅਪਲਾਈ ਕਰਦੇ ਟਾਈਮ ਜਿਹੜੇ ਦੂਜੇ ਰਾਜਾਂ ਤੋਂ ਜਿਹੜੇ ਕੈਂਡੀਡੇਟਸ ਹੋਣਗੇ ਉਹਨਾਂ ਦਾ ਐਕਸਪੀਰੀਅੰਸ ਵੀ ਸ਼ਾਮਿਲ ਕਰਨਾ ਹੋਏਗਾ। ਕਿਹੜੇ ਐਕਸਪੀਰੀਅੰਸ ਦੀ ਗੱਲ ਕਰ ਰਹੇ ਹਾਂ ਐਂਡ ਕਿਹੜੇ ਰਿਕਰੂਟਮੈਂਟ ਦੀ ਗੱਲ ਹੋ ਰਹੀ ਹੈ, ਸਾਰੀਆਂ ਗੱਲਾਂ ਦੀ ਡਿਸਕਸ਼ਨ ਆਪਾਂ ਇਸ ਵੀਡੀਓ ਵਿੱਚ ਕਰਾਂਗੇ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ, ਟੀਚਿੰਗ ਐਗਜ਼ਾਮ ਤੋਂ ਸੰਬੰਧਿਤ ਸਰਕਾਰ ਵੱਲੋਂ ਕੋਈ ਵੀ ਅਪਡੇਟ ਆਵੇ, ਭਾਵੇਂ ਉਹ ਕੇਂਦਰ ਸਰਕਾਰ ਦੇ ਪੱਧਰ 'ਤੇ ਹੋਵੇ ਜਾਂ ਫਿਰ ਰਾਜ ਸਰਕਾਰ ਦੇ ਪੱਧਰ 'ਤੇ ਹੋਵੇ, ਸਾਰੀਆਂ ਗੱਲਾਂ ਦੀ ਡਿਸਕਸ਼ਨ ਆਪਾਂ ਆਪਣੇ ਚੈਨਲ 'ਤੇ ਕਰਦੇ ਹਾਂ। ਸੋ ਸਭ ਤੋਂ ਪਹਿਲਾਂ ਸਮਝ ਲੈਂਦੇ ਹਾਂ ਕਿ 2019 ਦੇ ਵਿੱਚ ਪੰਜਾਬ ਸਰਕਾਰ ਵੱਲੋਂ 1558 ਹੈੱਡਮਾਸਟਰ ਦੀਆਂ ਵੈਕੈਂਸੀਜ਼ ਜਾਰੀ ਕੀਤੀਆਂ ਗਈਆਂ ਸੀਗੀਆਂ ਐਂਡ ਇਸ ਦੇ ਨਾਲ ਨਾਲ 375 ਸੈਂਟਰ ਹੈੱਡ ਟੀਚਰ ਦੀਆਂ ਵੈਕੈਂਸੀਜ਼ ਦੀ ਮੰਗ ਕੀਤੀ ਗਈ ਸੀਗੀ। ਇਹਨਾਂ ਵੈਕੈਂਸੀਜ਼ ਦੇ ਵਿੱਚ ਅਪਲਾਈ ਕਰਨ ਦੇ ਲਈ ਐਕਸਪੀਰੀਅੰਸ ਵੀ ਮੰਗਿਆ ਗਿਆ ਸੀਗਾ। ਇਹਨਾਂ ਵੈਕੈਂਸੀਜ਼ ਦਾ ਮਾਸਟਰ ਕਾਡਰ ਦੀ ਵੈਕੈਂਸੀਜ਼ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ। ਸੋ ਕੁਝ ਸਾਥੀਆਂ ਨੂੰ ਲੱਗਿਆ ਕਿ ਜਿਵੇਂ ਅਸੀਂ ਮਾਸਟਰ ਕਾਡਰ ਦੇ ਲਈ ਅਪਲਾਈ ਕਰਾਂਗੇ ਤਾਂ ਉਹਦੇ ਲਈ ਵੀ ਐਕਸਪੀਰੀਅੰਸ ਦੀ ਜ਼ਰੂਰਤ ਪੈਣੀ ਆ। ਬਿਲਕੁਲ ਨਹੀਂ, ਇੱਥੇ ਗੱਲ ਕੀਤੀ ਜਾ ਰਹੀ ਹੈ ਹੈੱਡ ਮਾਸਟਰ ਜਾਂ ਫਿਰ CHT ਸੈਂਟਰ ਹੈੱਡ ਟੀਚਰ ਦੀ ਗੱਲ ਕੀਤੀ ਜਾ ਰਹੀ ਹੈ। ਜੇਕਰ ਤੁਸੀਂ ਇਹਨਾਂ ਸਕੂਲਾਂ ਦੇ ਵਿੱਚ ਐਜ਼ ਅ ਹੈੱਡ ਟੀਚਰ ਬਣਨਾ ਚਾਹੁੰਦੇ ਹੋ, ਸੈਂਟਰ ਹੈੱਡ ਟੀਚਰ ਬਣਨਾ ਚਾਹੁੰਦੇ ਹੋ, ਫਿਰ ਤੁਹਾਡਾ ਜਿਹੜਾ ਐਕਸਪੀਰੀਅੰਸ ਹੈਗਾ ਆ ਉਹ ਕਿੰਨਾ ਹੋਣਾ ਚਾਹੀਦਾ? ਲਗਭਗ 4 ਸਾਲਾਂ ਦਾ ਹੋਣਾ ਚਾਹੀਦਾ। ਬਟ ਪੰਜਾਬ ਸਰਕਾਰ ਨੇ ਕਿਹਾ ਸੀਗਾ ਕਿ ਸਿਰਫ ਪੰਜਾਬ ਦੇ ਸਕੂਲਾਂ ਦਾ ਐਕਸਪੀਰੀਅੰਸ ਹੀ ਆਪਾਂ ਕੰਸੀਡਰ ਕਰਾਂਗੇ। ਬਟ ਇਹ ਜਿਹੜੀ ਸ਼ਰਤ ਲਗਾਈ ਸੀਗੀ ਪੰਜਾਬ ਸਰਕਾਰ ਨੇ, ਹਾਈ ਕੋਰਟ ਦੇ ਵਿੱਚ ਇਸ ਗੱਲ ਨੂੰ ਲੈ ਕੇ ਚੈਲੰਜ ਕੀਤਾ ਗਿਆ, ਚੁਣੌਤੀ ਦਿੱਤੀ ਗਈ ਕਿ ਇਹ ਚੀਜ਼ ਗਲਤ ਲਿਖੀ ਹੋਈ ਹੈ। ਫਿਰ ਹਾਈ ਕੋਰਟ ਨੇ ਇਹਨੂੰ ਕੀ ਕਿਹਾ, ਹਾਈ ਕੋਰਟ ਦਾ ਜਵਾਬ ਆਇਆ ਕਿ ਠੀਕ ਹੈ ਜੀ, ਤੁਹਾਡੀ ਮੰਗ ਬਿਲਕੁਲ ਸਹੀ ਹੈਗੀ ਆ। ਜਿਵੇਂ ਮੰਨ ਲਓ ਕੋਈ ਜਿਹੜਾ ਪਰਸਨ ਹੈਗਾ ਆ ਉਹਨੇ ਹਰਿਆਣੇ ਤੋਂ ਜਾਂ ਫਿਰ ਕਿਸੇ ਹੋਰ ਰਾਜ ਤੋਂ, ਰਾਜਸਥਾਨ ਤੋਂ ਆਉਂਦਾ ਹੋਵੇ, ਉਹਨਾਂ ਵੱਲੋਂ ਉਸ ਸਕੂਲ ਦੇ ਵਿੱਚ ਦਿੱਤੀ ਸੇਵਾ ਨੂੰ ਵੀ ਕੰਸੀਡਰ ਕੀਤਾ ਜਾਵੇਗਾ, ਭਾਵ ਇਹ ਉਹਨਾਂ ਕੈਂਡੀਡੇਟਸ ਨੂੰ ਵੀ ਮੌਕਾ ਦਿੱਤਾ ਜਾਵੇਗਾ। ਸੋ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀਆਂ ਵੈਕੈਂਸੀਜ਼ ਵੇਖਣ ਨੂੰ ਮਿਲਣਗੀਆਂ ਹੈੱਡ ਟੀਚਰ ਦੀਆਂ ਜਾਂ ਫਿਰ ਸੈਂਟਰ ਹੈੱਡ ਟੀਚਰ ਦੀਆਂ, ਉਹਦੇ ਵਿੱਚ ਤੁਹਾਨੂੰ ਇਹ ਬਦਲਾਅ ਵੇਖਣ ਨੂੰ ਮਿਲ ਸਕਦਾ ਹੈ। ਸੋ ਇਹ ਛੋਟੀ ਜਿਹੀ ਅਪਡੇਟ ਸੀਗੀ, ਇਹਦਾ ਕੋਈ ਰਿਲੇਸ਼ਨ ਨਹੀਂ ਹੈਗਾ ਸੀਗਾ ਮਾਸਟਰ ਕਾਡਰ ਜਾਂ ਫਿਰ ETT ਦੀਆਂ ਵੈਕੈਂਸੀਜ਼ ਦੇ ਨਾਲ, ਉਹ ਵੈਕੈਂਸੀਜ਼ ਉਸ ਤਰ੍ਹਾਂ ਹੀ ਚੱਲਣਗੀਆਂ। ਸੋ ਇਸ ਦੇ ਨਾਲ ਹੀ ਦਿਓ ਇਜਾਜ਼ਤ। ਥੈਂਕ ਯੂ ਸੋ ਮੱਚ ਫਾਰ ਵਾਚਿੰਗ। ਗੋਡ ਬਲੈਸ ਯੂ ਆਲ।